ਅਸੀਂ ਬਾਹਰ ਖੜ੍ਹੇ ਹਾਂਗੇ ਜਿੱਥੋਂ ਅਸੀਂ ਆਪਣੀ ਜਰਨੀ ਸਟਾਰਟ ਕਰੀ ਸੀ, ਅਤੇ ਅਸੀਂ ਵੇਟ ਕਰ ਰਹੇ ਹਾਂਗੇ ਗੱਡੀ ਦਾ, ਆ ਰਹੇ ਬੈਠੇ ਖੜ੍ਹੇ। ਵਧੀਆ ਆਨੰਦ ਆਇਆ ਡੈਡੀ ਕੈਂਪਟੀ ਫਾਲਸ, ਫੁੱਲ ਇੰਜੋਏ। ਬਸ ਹੁਣ ਗੱਡੀ ਆ ਜਾਵੇ, ਉਸ ਤੋਂ ਬਾਅਦ ਅਸੀਂ ਜਾਂਦੇ ਹਾਂਗੇ ਅੱਗੇ, ਅਤੇ ਅੱਗੇ ਕਿਹੜੀ ਕਿਹੜੀ ਚੀਜ਼ਾਂ ਨੇ ਘੁੰਮਣ ਵਾਲੀਆਂ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਬਣੇ ਰਹੋ ਸਾਡੇ ਵਲੋਗ ਦੇ ਨਾਲ ਐਂਡ ਤੱਕ, ਜ਼ਰੂਰ ਦੇਖਿਆ ਕਰੋ ਵਲੋਗ। ਕੈਂਪਟੀ ਫਾਲ ਦੇ ਮਾਰਗ ਦੇ ਬਾਰੇ ਤੁਹਾਨੂੰ ਗੱਡੀਆਂ ਨੇ ਜਿਹੜੀ ਉਤਾਰ ਕੇ ਚਲੀਆਂ ਜਾਂਦੀਆਂ ਨੇ, ਅਤੇ ਅੱਗੇ ਤੱਕ ਜਾ ਕੇ ਸਟੈਂਡ ਬਣੇ ਹੋਏ ਨੇਗੇ ਜਿੱਥੇ ਗੱਡੀਆਂ ਖੜ੍ਹਦੀਆਂ ਨੇ, ਜਾਂ ਰੋਡ ਸਾਈਡ 'ਤੇ ਵੀ ਖੜ੍ਹ ਜਾਂਦੀਆਂ ਨੇ। ਉਹਦੀ ਸਾਨੂੰ ਇੰਨੀ ਇਨਫੋਰਮੇਸ਼ਨ ਨਹੀਂ ਹੈਗੀ, ਬਟ ਇੰਨਾ ਪਤਾ ਕਿ ਇਸ ਤੋਂ ਅੱਗੇ ਜਾ ਕੇ ਗੱਡੀਆਂ ਖੜ੍ਹਦੀਆਂ ਨੇ ਅਤੇ ਸਵਾਰੀਆਂ ਨੂੰ ਉਰੀ ਲਾ ਦਿੰਦੇ ਨੇ। ਹੁਣ ਅਸੀਂ ਸਾਰਾ ਪਰਿਵਾਰ ਕਾਰ ਦੇ ਵਿੱਚ ਬੈਠ ਚੁੱਕੇ ਹਾਂਗੇ, ਸੋ ਹੁਣ ਆਪਾਂ ਚੱਲਦੇ ਹਾਂ ਅੱਗੇ। ਦੇਖੋ ਜੀ, ਜਗ੍ਹਾ ਜਗ੍ਹਾ 'ਤੇ ਰੈਸਟੋਰੈਂਟ ਬਣੇ ਹੋਏ ਨੇ, ਖਾਣ ਪੀਣ ਦੀ ਕੋਈ ਦਿੱਕਤ ਨਹੀਂ। ਬਸ ਸਿਰਫ ਇਹ ਹੈ ਵੀ ਬਹੁਤਾ ਜ਼ਿਆਦਾ ਕੋਈ ਮਹਿੰਗਾ ਵੀ ਹੈ ਨਹੀਂ, ਜੇ ਆਪਾਂ ਸੋਚੀਏ ਥੋੜ੍ਹਾ ਜਿਹਾ ਫਰਕ ਆ। ਜਿਵੇਂ ਆਪਣੇ ਕੋਲਡ ਡਰਿੰਕ 40 ਦਾ ਜਿਹੜਾ ਉਹ 50 ਦਾ ਮਿਲਦਾ, ਅਤੇ ਪਰੌਂਠਾ ਜਿਹੜਾ ਆਪਣੇ 30 ਰੁਪਏ ਦਾ ਦੇ ਦਿੰਦੇ ਨੇ, ਉਰੇ 50-60 ਰੁਪਏ ਦਾ ਮਿਲਦਾ। ਯਾਨੀ ਕਿ ਥੋੜ੍ਹਾ ਬਹੁਤ ਤਾਂ ਹੈ, ਪਰ ਫਿਰ ਵੀ ਠੀਕ ਆ, ਕੁੱਲ ਮਿਲਾ ਕੇ ਵਧੀਆ ਸਫ਼ਰ। ਟੈਂਪਲ, ਕੰਪਨੀ ਗਾਰਡਨ, ਅਤੇ ਇਹੀ ਰਸਤਾ ਜਾ ਰਿਹਾ ਥੋੜ੍ਹਾ ਮਨਸੂਰੀ ਤੋਂ ਇੱਧਰ ਨੂੰ ਆ ਕੇ ਆ। ਸੋ ਇਹ ਆ ਗਿਆ ਕੰਪਨੀ ਬਾਗ ਆ ਗਿਆ। ਬਸ ਜਿਵੇਂ ਜਿਵੇਂ ਪਰਮਾਤਮਾ ਦਾ ਆਸ਼ੀਰਵਾਦ ਹੁੰਦਾ ਉਵੇਂ ਉਵੇਂ ਦੇਖੀ ਜਾਂਦੇ ਹਾਂ, ਘੁੰਮੀ ਫਿਰੀ ਜਾਂਦੇ ਹਾਂ। ਜਿੱਥੇ ਜਿੱਥੇ ਇੰਨਾ ਜਲ ਚੁੱਕਣਾ ਉਹ ਚੁੱਕਣਾ ਹੀ ਪੈਣਾ। ਹੁਣ ਅੱਜ ਕੈਂਪਟੀ ਫਾਲ ਦੇ ਜਿਹੜੇ ਛੋਲੇ ਭਟੂਰੇ ਰਲੇ ਹੋਏ ਤੇ ਉਹ ਕੌਣ ਖਾ ਕੇ ਜਾਂਦਾ ਬਈ, ਜੇ ਅਸੀਂ ਨਾ ਆਉਂਦੇ ਉਹ ਖਾਣੇ ਵੀ ਜ਼ਰੂਰੀ ਤੇ। ਸੋ ਇਸ ਕਰਕੇ ਜਿੱਥੇ ਜਿੱਥੇ ਆਪਣਾ ਦਾਣਾ ਪਾਣੀ ਪਰਮਾਤਮਾ ਨੇ ਖਿਲਾਰਿਆ ਉਹ ਚੁੱਕਣਾ ਹੀ ਪੈਣਾ। ਖੁਸ਼ ਹੋ ਕੇ ਆਓਗੇ ਤਾਂ ਵੀ ਵਧੀਆ, ਦੁਖੀ ਹੋ ਕੇ ਆਓਗੇ ਫਿਰ ਔਖਾ। ਲਓ ਜੀ, ਇਹ ਸਕੂਲ ਆ, ਬਹੁਤ ਵੱਡਾ ਸਕੂਲ ਆ ਅਤੇ ਬੱਚਿਆਂ ਵਾਸਤੇ। ਇੱਧਰ ਇਹਨਾਂ ਦੇ ਗਰਾਊਂਡ ਨੇ ਜ਼ਬਰਦਸਤ। ਸੋ ਬੱਚਿਆਂ ਨੂੰ ਛੁੱਟੀਆਂ ਨਹੀਂ ਹੋਈਆਂ, ਜਾ ਰਹੇ ਨੇ ਅਜੇ ਘਰਾਂ ਨੂੰ। ਇੱਥੇ ਤੁਹਾਨੂੰ ਦਿਖਾਉਂਦੇ ਹਾਂ, ਬਹੁਤ ਵੱਡਾ ਸਕੂਲ ਆ ਬੱਚਿਆਂ ਵਾਸਤੇ, ਇਹ ਉਹਨਾਂ ਵਾਸਤੇ ਪਲੇ ਗਰਾਊਂਡ ਆ ਖੇਡਣ ਵਾਸਤੇ। ਸੋ ਪਹਾੜੀ ਏਰੀਏ 'ਚ ਤੁਹਾਨੂੰ ਪਤਾ ਹੀ ਆ, ਸਮਤਲ ਜ਼ਮੀਨ ਬੜੀ ਮੁਸ਼ਕਿਲ ਨਾਲ ਮਿਲਦੀ। ਵੈਸੇ ਤਾਂ ਬੱਚੇ ਕਾਫੀ ਵਿਚਾਰੇ ਸਟਰੈਗਲ ਕਰ ਰਹੇ ਨੇ, ਪੇਰੈਂਟਸ ਲਿਆ ਰਹੇ ਨੇ, ਛੁੱਟੀ ਦਾ ਟਾਈਮ ਹੋ ਗਿਆ ਕਿਉਂਕਿ ਆਹ ਸਕੂਲ ਦੀ ਬੈਨ ਆ ਜੀ। ਆਪਣੇ ਜਵਾਕ ਕਹਿੰਦੇ ਜੂਨ ਦੀਆਂ ਛੁੱਟੀਆਂ ਨੇ ਜੀ, ਇਹ ਵਿਚਾਰੇ ਜੂਨ 'ਚ ਪੜ੍ਹਦੇ ਫਿਰਦੇ ਨੇ। ਆਹ ਵਿਚਾਰੀ ਇੱਕ ਬੀਬੀ ਐਂ ਆ ਰਹੀ ਆ, ਸ਼ਾਇਦ ਮੇਰੇ ਵਰਗਾ ਕੋਈ ਘੋਲੀ ਮਾਂ ਪਿਓ ਲੈਣ ਤੋਂ ਲੇਟ ਹੋ ਗਿਆ ਹੋਵੇ। ਅਸੀਂ ਪਹੁੰਚ ਚੁੱਕੇ ਹਾਂਗੇ ਬੁੱਧਾ ਟੈਂਪਲ, ਅਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ ਕਿ ਬੁੱਧਾ ਟੈਂਪਲ ਹੁੰਦਾ ਕਿਹੋ ਜਿਹਾ। ਸਭ ਚੱਲੀ ਜੀ, ਬੁੱਧਿਸਟ ਟੈਂਪਲ ਦਾ ਮੇਨ ਗੇਟ, ਅਤੇ ਇੱਥੋਂ ਤੁਸੀਂ ਐਂਟਰ ਹੋ ਜਾਂਦੇ ਹੋ।
ਤੇ ਉਰੇ ਅਸੀਂ ਪਿਕ ਕਰਾਉਂਦੇ ਹਾਂ ਅਤੇ ਤੁਹਾਨੂੰ ਥੰਬਨੇਲ 'ਤੇ ਉਹ ਦੇਖਣ ਨੂੰ ਜ਼ਰੂਰ ਮਿਲ ਜੂਗੀ। ਸੋ ਅਸੀਂ ਖੜ੍ਹਦੇ ਹਾਂ ਬਸ, ਅਤੇ ਆਹ ਮੇਨ ਗੇਟ ਆ, ਬਹੁਤ ਹੀ ਜ਼ਿਆਦਾ ਸੋਹਣਾ ਹੈਗਾ। ਦੇਖੋ ਕਿੰਨਾ ਜ਼ਿਆਦਾ ਸੋਹਣਾ ਮੌਸਮ ਹੋ ਰਿਹਾ ਹੈਗਾ, ਠੰਡਾ ਠੰਡਾ ਹੋ ਗਿਆ ਹੁਣ। ਇੱਕ ਲੱਗ ਤਕਮਲ ਧੁੱਪ ਸੀਗੀ ਪਹਿਲਾਂ ਅਤੇ ਹੁਣ ਬਸ ਦੋ ਤਿੰਨ ਆਓ ਜਿੱਥੇ ਲੋਕ ਖੜ੍ਹੇ ਨੇਗੇ, ਬਸ ਅਸੀਂ ਜਾਂਦੇ ਹੈਗੇ। ਚਲੋ ਅਤੇ ਉਹ ਸੀ ਜੀ ਮੇਨ ਸ਼ੈਡਪ ਸ਼ੋਪਲਿੰਗ ਟੈਂਪਲ। ਜੇ ਸਾਡੇ ਤੋਂ ਬੋਲਦੇ ਹੋਏ ਕੁਛ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਪਹਿਲੀ ਸੋਰੀ, ਅਸੀਂ ਪਹਿਲੀ ਵਾਰ ਆਇਆਂਗੇ ਉਰੇ। ਟੈਂਪਲ, ਯੈਸ, ਸ਼ੈਡਪ ਸ਼ੋਪਲਿੰਗ ਟੈਂਪਲ। ਸੋ ਆਓ ਤੁਹਾਨੂੰ ਵੀ ਦਿਖਾਈਏ ਇੱਕ ਅਨੋਖਾ ਟੈਂਪਲ। ਸਾਨੂੰ ਸਾਰੇ ਧਰਮ ਵਧੀਆ ਲੱਗਦੇ ਨੇ, ਸਾਰੇ ਇੱਕ ਬਰਾਬਰ ਨੇਗੇ ਸਾਡੇ ਲਈ। ਸਾਰੇ ਪਿਕਚਰਸ ਕਲਿੱਕ ਕਰਾਉਣ ਨੂੰ ਵੀ ਹੈਗਾ, ਕਾਫੀ ਜ਼ਿਆਦਾ ਹੈ ਨਾ, ਸੋਹਣਾ ਬਹੁਤ ਬਣਾਇਆ ਹੈਗਾ। ਹਰ ਇੱਕ ਚੀਜ਼ ਤੁਸੀਂ ਦੇਖੋ ਇੰਨੀ ਸੋਹਣੀ ਹੈਗੀ, ਉੱਪਰ ਦੇਖੋ ਟੀਵੀਆਂ ਤੇ ਦੇਖਦੇ ਹੈ। ਹਾਂ, ਤਿੱਬਤਨ ਲੋਕ ਹੁੰਦੇ ਨੇ ਜਿਹੜੇ, ਉਵੇਂ ਬਣਾਇਆ ਹੈਗਾ ਸਾਰੇ ਹੀ। ਆਹ ਹੈਗਾ ਜੀ ਅੰਦਰ ਦਾ ਆਲਾ ਦੁਆਲਾ ਮੰਦਰ ਦੇ, ਤੇ ਇੱਧਰ ਸਾਰੇ ਜਣੇ ਪਿਕਚਰਸ ਕਲਿੱਕ ਕਰਾ ਰਹੇ ਨੇਗੇ। ਸੋ ਅਸੀਂ ਜਾ ਰਹੇ ਹਾਂਗੇ ਮੱਥਾ ਟੇਕਣ, ਦੇਖਦੇ ਹਾਂਗੇ ਕਿ ਪਹਿਲੀ ਵਾਰ ਅਸੀਂ ਕਿਸੇ ਅਲੱਗ ਜਗ੍ਹਾ 'ਤੇ ਜਾ ਰਹੇ ਹਾਂਗੇ ਅਤੇ ਦੇਖਦੇ ਹਾਂ ਕਿਵੇਂ ਦਾ ਹੁੰਦਾ ਹੈਗਾ ਸੱਭਿਆਚਾਰ ਇਹਨਾਂ ਦਾ। ਵੈਸੇ ਸਾਰੇ ਧਰਮ ਸਾਡੇ ਲਈ ਇੱਕ ਬਰਾਬਰ ਨੇ। ਬੁੱਧਾ ਟੈਂਪਲ ਹੈ ਜੀ, ਆਰੇ ਬਹੁਤ ਸੋਹਣਾ ਬਣਿਆ ਹੋਇਆ, ਤੁਸੀਂ ਉੱਪਰ ਤੋਂ ਲੈ ਕੇ ਨੀਚੇ ਤੱਕ ਦੇਖੋ, ਇੰਨਾ ਜ਼ਿਆਦਾ ਸੋਹਣਾ ਹੈਗਾ, ਬਹੁਤ ਸੋਹਣਾ ਹੈਗਾ। ਆਹ ਦੇਖੋ ਜੀ ਆਲਾ ਦੁਆਲਾ ਨੀਕੇ ਛੋਟੇ ਛੋਟੇ ਘਰ ਬਣਾਏ ਹੋਏ ਨੇਗੇ ਪਹਾੜੀਆਂ 'ਤੇ, ਬਹੁਤ ਹੀ ਸੋਹਣੇ ਲੱਗਦੇ ਨੇਗੇ। ਹਵਾ ਦਾ ਪੂਰਾ ਬੰਦਾ ਝੂਟਾ ਰਿਹਾ ਝੂਟਾ। ਸੋ ਬਹੁਤ ਹੀ ਸੋਹਣਾ ਲੱਗ ਰਿਹਾ ਜੀ, ਅਸੀਂ ਆਏ ਹਾਂਗੇ ਜਿਵੇਂ ਤੁਹਾਨੂੰ ਦੱਸਿਆ ਬੁੱਧਾ ਟੈਂਪਲ ਦੇ, ਅਤੇ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਹਾਂਗੇ ਕਿ ਕਿਵੇਂ ਦਾ ਹੈਗਾ ਉਰੇ। ਸੋ ਇੱਧਰ ਆਲੇ ਦੁਆਲੇ ਦਾ ਵਿਊ ਦੇਖੋ ਤੁਸੀਂ, ਕਿੰਨਾ ਜ਼ਿਆਦਾ ਸੋਹਣਾ ਹੈਗਾ। ਪਹਾੜਾਂ ਦੇ ਵਿੱਚ ਬੱਦਲ ਹੀ ਬੱਦਲ ਹੋਏ ਪਏ ਨੇਗੇ, ਠੰਡ ਬਹੁਤ ਸੋਹਣਾ ਹੈਗਾ। ਸੋ ਜੋ ਬੁੱਧਾ ਟੈਂਪਲ ਦੇ ਆਲੇ ਦੁਆਲੇ ਜਿਹੜੇ ਆ ਫਲੈਗਸ ਲਗਾਏ ਹੁੰਦੇ ਨੇ ਨਾ ਕਲਰਫੁੱਲ, ਤੁਹਾਨੂੰ ਇੱਕ ਵਾਰ ਦਿਖਾ ਦਈਏ, ਆਹ ਨੇ ਜਿਹੜੇ ਫਲੈਗਸ ਲਾਏ ਹੁੰਦੇ ਨੇ। ਸੋ ਇਹਨਾਂ ਦਾ ਵੀ ਕੋਈ ਇੱਕ ਮਤਲਬ ਹੁੰਦਾ, ਜਿਵੇਂ ਜਿਹੜਾ ਬਲੂ ਕਲਰ ਆ ਉਹ ਸਕਾਈ ਨੂੰ ਰਿਪ੍ਰਜੈਂਟ ਕਰਦਾ, ਨੀਲਾ ਰੰਗ ਨੀਲੇ ਅਸਮਾਨ ਨੂੰ ਰਿਪ੍ਰਜੈਂਟ ਕਰਦਾ, ਵਾਈਟ ਕਲਰ ਆ ਜਿਹੜਾ ਹਵਾ ਨੂੰ ਰਿਪ੍ਰਜੈਂਟ ਕਰਦਾ, ਉਸੇ ਤਰੀਕੇ ਨਾਲ ਜਿਹੜਾ ਲਾਲ ਰੰਗ ਆ ਇਹ ਅੱਗ ਨੂੰ ਰਿਪ੍ਰਜੈਂਟ ਕਰਦਾ, ਅਤੇ ਨਾਲ ਦੀ ਨਾਲ ਜਿਹੜਾ ਗ੍ਰੀਨ ਕਲਰ ਹੈ ਜੀ ਇਹ ਰਿਪ੍ਰਜੈਂਟ ਕਰਦਾ ਹੈਗਾ ਵਾਟਰ ਨੂੰ, ਇਸੇ ਕਰਕੇ ਲਗਾਏ ਜਾਂਦੇ ਨੇ ਕਿਉਂਕਿ ਇੱਕ ਬੈਲੈਂਸ ਨੂੰ ਰਿਪ੍ਰਜੈਂਟ ਕਰਦੇ ਨੇ ਵੀ ਸਾਰੇ ਇਕੱਠੇ ਨੇ ਸਾਰੇ ਬਰਾਬਰ ਨੇ ਗੇ। ਬੁੱਧ ਟੈਂਪਲ ਦੇ ਬਾਹਰ ਅਸੀਂ ਖੜੇ ਹਾਂਗੇ, ਥੋੜਾ ਜਿਹਾ ਅਸੀਂ ਤੁਹਾਨੂੰ ਬੁੱਧ ਟੈਂਪਲ ਬਾਰੇ ਦੱਸ ਦਈਏ। ਤੇ ਇਹ ਜਿਹੜਾ ਟੈਂਪਲ ਹੈ ਆਪਣੇ ਭਾਰਤ ਦੇ ਵਿੱਚ ਪਹਿਲਾ ਤਿੱਬਤਨ ਮੰਦਰ ਬਣਿਆ ਸੀਗਾ, ਅਤੇ ਇਹਨੂੰ ਦਲਾਈ ਲਾਮਾ ਦੁਆਰਾ ਪਵਿੱਤਰ ਕੀਤਾ ਗਿਆ ਸੀਗਾ, ਅਤੇ ਮਸੂਰੀ ਦਾ ਬਹੁਤ ਹੀ ਫੇਮਸ ਪਲੇਸ ਹੈ, ਉਰੇ ਲੋਕ ਆਉਂਦੇ ਨੇ ਦਰਸ਼ਨ ਮੇਲਾ ਕਰਦੇ ਨੇਗੇ ਜ਼ਿਆਦਾਤਰ ਟੂਰਿਸਟ, ਮਤਲਬ ਇਹ ਕੋਈ ਵੀ ਮਸੂਰੀ ਆਉਂਦਾ ਇਹ ਦੇਖ ਕੇ ਜ਼ਰੂਰ ਜਾਂਦਾ, ਮਤਲਬ ਇਹ ਦੇਖਣ ਤੋਂ ਬਿਨਾਂ ਮਤਲਬ ਕੋਈ ਵੀ ਐਵੇਂ ਹੈਗਾ ਜਾਊਗਾ। ਅਤੇ ਇਸ ਜਿਹੜਾ ਮੰਦਰ ਹੈ ਟੈਂਪਲ
ਲੋਕਲ ਦੇ ਵਿੱਚ ਪ੍ਰੇਅਰ ਵੀਲ ਵੀ ਹੈਗੇ ਨੇਗੇ ਅਤੇ ਭਗਵਾਨ ਬੁੱਧ ਦੀਆਂ ਕਈ ਮੂਰਤੀਆਂ ਵੀ ਹੈਗੀਆਂ ਨੇ। ਅਤੇ ਜੇ ਮੈਂ ਕਹਾਂ ਤਿਬਤਨ ਆਰਕੀਟੈਕਚਰ ਦਾ ਇਹ ਇੱਕ ਪਰਫੈਕਟ ਐਗਜ਼ਾਮਪਲ ਸਾਨੂੰ ਉਰੇ ਦਿੱਤੀ ਹੋਈ ਆ ਵੀ ਅਗਰ ਆਪਾਂ ਤਿਬਤ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਦਾ ਆਰਕੀਟੈਕਚਰ ਤੁਹਾਨੂੰ ਇਹੋ ਜਿਹਾ ਹੀ ਮਿਲੂਗਾ ਅਤੇ ਬਹੁਤ ਹੀ ਸੋਹਣਾ, ਬਾਹਰੋਂ ਤਾਂ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਅਤੇ ਹੁਣ ਅਸੀਂ ਅੰਦਰ ਜਾ ਰਹੇ ਹਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂਗੇ। ਅਸੀਂ ਮੱਥਾ ਟੇਕ ਕੇ ਬਾਹਰ ਆਏ ਹਾਂ ਜੀ ਅਤੇ ਬਾਹਰ ਨੀਚੇ ਉਤਰਨ ਸਾਰ ਹੀ ਹਰ ਇੱਕ ਜਗ੍ਹਾ ਜਿਹੜੀ ਬਣੀ ਹੋਈ ਹੈਗੀ ਰਿਲੇਟ ਕਰਦੀ ਹੈਗੀ ਤਿੱਬਤਨ ਆਰਕੀਟੈਕਚਰ ਨਾਲ ਅਤੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਬੁੱਧ ਮਹਾਤਮਾ ਜੀ ਦੀ ਪਿਕਚਰ ਲੱਗੀ ਹੋਈ ਆ ਅਤੇ ਇੱਧਰ ਦਿਸ ਸਟੂਪਾ ਵਾਸ ਕੰਸੈਕ੍ਰੇਟਿਡ ਬਾਈ ਹਿਸ ਹੋਲੀਨੈਸ ਦ 14th ਦਲਾਈ ਲਾਮਾ ਟੈਨਜ਼ਿਨ ਗੈਸਟੋ ਇਨ ਦ ਮੈਮਰੀ ਆਫ ਅਮਾਲਾ ਰਿੰਚਨ ਡੋਲਮਾ ਟੈਰਿੰਗ ਫਾਊਂਡਰ ਸੈਕਰੇਟਰੀ ਐਂਡ ਆਲ ਅਦਰਸ ਹੂ ਹੈਡ ਡੈਡੀਕੇਟਡ ਦੇਅਰ ਲਾਈਫ ਇਨ ਦ ਵਰਕਸ ਆਫ ਦ ਤਿੱਬਤਨ ਹੋਮਸ ਫਾਊਂਡੇਸ਼ਨ ਨਵੰਬਰ 9, 2000 ਲਿਖਿਆ ਹੋਇਆ ਜੀ ਪ੍ਰੇਅਰ ਵੀਲ ਬਾਰੇ ਅਤੇ ਤੁਸੀਂ ਪੜ੍ਹ ਸਕਦੇ ਹੋ ਉਹਦੇ ਸਾਰਾ ਤੁਹਾਨੂੰ ਦਿਖਾ ਦਿੰਦੀ ਹਾਂ ਅਤੇ ਆਹ ਮੰਤਰ ਲਿਖਿਆ ਹੋਇਆ ਹੈਗਾ ਓਮ ਮਾਨੀ ਪੇਮੇ ਹੰਗ। ਸੋ ਇਹ ਜੋ ਪ੍ਰੇਅਰ ਵੀਲ ਆ ਇਹਨੂੰ ਘੁਮਾਉਣ ਦਾ ਮਤਲਬ ਇਹ ਆ ਵੀ ਆਪਣੇ ਅੰਦਰ ਜਿਹੜੀਆਂ ਮਤਲਬ ਕਿ ਕੋਈ ਬੁਰਾਈਆਂ ਨੇ ਉਹਨਾਂ ਨੂੰ ਪਿਓਰੀਫਾਈ ਕੀਤਾ ਜਾਂਦਾ ਜਿਵੇਂ ਪ੍ਰਾਈਡ ਘਮੰਡ ਹੋ ਗਿਆ, ਜੈਲਸੀ ਹੋ ਗਈ, ਹੈ ਨਾ, ਨਫ਼ਰਤ ਹੋ ਗਈ, ਹੋਰ ਪੈਸ਼ਨ ਸਟੂਪਿਡਿਟੀ ਹੋ ਗਈ, ਪਾਵਰਟੀ ਗਰੀਬੀ ਹੋ ਗਈ, ਅਗਰੈਸ਼ਨ ਗੁੱਸਾ ਹੋ ਗਿਆ, ਨਫ਼ਰਤ ਦੀ ਭਾਵਨਾਵਾਂ ਹੋ ਗਈਆਂ। ਮਤਲਬ ਪੈਸ਼ਨ ਕੀ ਤੁਹਾਡੇ ਵਿੱਚ ਜੇ ਹੈ ਨਹੀਂ ਤਾਂ ਤੁਸੀਂ ਇਹਨੂੰ ਜੇ ਘੁਮਾਉਂਦੇ ਹੋ ਇਹਦਾ ਹਾਂ ਮਤਲਬ ਜੇ ਚੰਗੀਆਂ ਚੀਜ਼ਾਂ ਆਉਣਗੀਆਂ ਮਾੜੀਆਂ ਚੀਜ਼ਾਂ ਜਾਣਗੀਆਂ। ਬਾਕੀ ਉਰੇ ਸਾਰਾ ਕੁਛ ਲਿਖਿਆ ਹੋਇਆ, ਇਸ ਨੂੰ ਮਨੀ ਵੀਲਸ ਵੀ ਕਿਹਾ ਜਾਂਦਾ ਤਿਬਤੀਆਂ ਦਾ। ਸੋ ਇੱਕ ਵਾਰ ਆਪਾਂ ਵੀ ਘੁਮਾ ਕੇ ਦੇਖਾਂਗੇ। ਬਹੁਤ ਵਧੀਆ ਇਹ ਜਿਹੜੇ ਪ੍ਰੇਅਰ ਵੀਲ ਹੈਗੇ ਨੇਗੇ ਇਹਨਾਂ ਨੂੰ ਘੁਮਾ ਘੁਮਾ ਕੇ ਆਪਾਂ ਨੇ ਪਰਿਕਰਮਾ ਕਰਨੀ ਆ ਬੁੱਧਿਸਟ ਟੈਂਪਲ ਦੀ। ਸੋ ਆਪਾਂ ਕਰ ਦਿਆਂਗੇ, ਆ ਦੇਖੋ ਜੀ ਲੈ ਸ਼ਾਰਟ ਮੈਨੂੰ ਫੜਾ ਦੇ ਸ਼ਾਰਟ ਬਣਾ ਲੈਣਾ। ਹੁਣ ਅਸੀਂ ਬੁੱਧਿਸਟ ਟੈਂਪਲ ਤੋਂ ਬਾਹਰ ਆ ਗਏ ਅਤੇ ਬਹੁਤ ਹੀ ਆਨੰਦ ਆਇਆ, ਕਾਫੀ ਯੂਨੀਕ ਚੀਜ਼ਾਂ ਦੇਖੀਆਂ। ਪਹਿਲੀ ਵਾਰ ਅਸੀਂ ਤਿੱਬਤਨ ਆਰਕੀਟੈਕਚਰ ਦੇਖਿਆ ਸੀਗਾ, ਬਹੁਤ ਹੀ ਵਧੀਆ ਲੱਗਿਆ। ਕਿਵੇਂ ਦਾ ਲੱਗਿਆ ਰੈਡੀ ਤੁਹਾਨੂੰ? ਬਹੁਤ ਹੀ ਸੋਹਣਾ ਹੈਗਾ, ਸਾਰੇ ਧਰਮ ਬਰਾਬਰ ਹੁੰਦੇ ਨੇ। ਹਾਂਜੀ, ਸੋ ਇੱਧਰ ਤਿੱਬਤਨ ਰੈਸਟੋਰੈਂਟ ਹੈ, ਵੈਸੇ ਚਾਈਨੀਜ਼ ਵਗੈਰਾ ਵੀ ਅਵੇਲੇਬਲ ਹੁੰਦਾ। ਅਤੇ ਬਾਕੀ ਆਹ ਸਾਰੇ ਫਲੈਗਸ ਵਗੈਰਾ ਤੁਹਾਨੂੰ ਅਸੀਂ ਦੱਸ ਹੀ ਦਿੱਤੇ ਕਿ ਇਹਨਾਂ ਦੇ ਮੀਨਿੰਗ ਕੀ ਹੁੰਦੇ ਨੇ। ਅਤੇ ਬਾਕੀ ਅਸੀਂ ਹੁਣ ਜਾਂਦੇ ਹਾਂ ਦਲਾਈ ਹਿਲਸ ਅਤੇ ਦੂਜੇ ਪੁਆਇੰਟ 'ਤੇ ਜਾਂਦੇ ਹਾਂ, ਆਓ ਚੱਲੀ। ਸੋਹਣਾ, ਵਧੀਆ ਵਾਤਾਵਰਨ, ਬਹੁਤ ਸੋਹਣੀ ਖੂਬਸੂਰਤੀ ਦੇ ਵਿੱਚ ਬਣਿਆ ਹੋਇਆ। ਸੋ ਇੱਧਰ ਰੈਸਟੋਰੈਂਟ ਵੀ ਬਣਿਆ ਹੈ ਜੇ ਕਿਸੇ ਨੇ ਖਾਣਾ ਪੀਣਾ। ਅਸਲ ਤਾਂ ਸਭ ਤੋਂ ਵਧੀਆ ਚੀਜ਼ ਹੁੰਦੀ ਆ ਨੇਚਰ ਇਜ਼ ਗ੍ਰੇਟ, ਕੁਦਰਤ ਮਹਾਨ ਆ। ਜੇ ਆਪਾਂ ਕੁਦਰਤ ਨਾਲ ਜੁੜੇ ਰਹਾਂਗੇ ਤਾਂ ਦੇਖੋ ਕਿੰਨਾ ਸੋਹਣਾ ਵਾਤਾਵਰਨ ਆ, ਕਿੰਨੇ ਸੋਹਣੇ ਪੇੜ ਪੌਦੇ ਨੇ ਅਤੇ ਲੋਕ ਸਾਰੇ ਸੈਰ ਕਰਨ ਆਉਂਦੇ ਨੇ। ਹੈਗਾ ਲਾਫਿੰਗ ਤਿੱਬਤਨ ਸਨੈਕਸ, ਪੁੱਛ ਕੇ ਆਓ ਪਾਪਾ ਕੀ ਹੁੰਦੇ ਨੇ ਤਿੱਬਤਨ ਸਨੈਕਸ। ਉਹ ਨਹੀਂ ਜੀ, ਮੈਂ ਆਪਣੇ ਸਪਰਿੰਗ ਰੋਲ ਲਾਉਂਦੇ ਨੇ। ਹਾਂ ਉਹ ਨਹੀਂ ਹੁੰਦਾ ਹੈਗਾ ਮੋਮੋ ਜਾਂ ਆਪਾਂ ਖਾਂਡ ਵੀ ਲੱਗਦੀ ਮੈਨੂੰ ਇਹ ਮਿੰਟ ਪਨੀਰ ਪੈਂਦਾ ਉਹ ਦੇਖੋ। ਹਾਂ ਪਤਾ ਕਰੋ ਬਣਦਾ ਕੀ ਕੁਛ ਆ। ਕਿਸੇ ਕਦੇ ਜੁੜੇ ਆ ਕੋ ਮਾਰਦਾ ਉਹ ਦੇਖ ਲੈ ਇਹ ਕਿਸ ਚੀਜ਼ ਕਾ ਬਣਾਉਂਦਾ ਹੈ।
ਇਹ ਮੱਕੀ ਘਾਟ ਬੰਦਾ ਹੈ ਮੱਕੀ ਘਾਟ ਹਾਂ ਓਕੇ ਭਈ ਆਪ ਤਿਬਤਨ ਹੋ ਹਾਂ ਮੈਂ ਤਿਬਤ ਹੈ ਵਾਓ ਵੈਰੀ ਗੁੱਡ ਹਾਂ 9 ਸਾਲ ਸੇ ਆਇਆ ਪਹਿਲੀ ਵਾਰ ਟਰਾਈ ਕਰੇਂਗੇ ਹਾਂ ਮਜ਼ਾ ਆਏਗਾ ਬਹੁਤ ਠੀਕ ਹੈ ਫ੍ਰੈਸ਼ ਫ੍ਰੈਸ਼ ਹੈ ਤੀਖੂ ਤੀਖਾ ਹੁੰਦਾ ਹੈ ਤੀਖਾ ਹੁੰਦਾ ਹੈ ਆਪਕਾ ਮਾਜੀ ਮੇ ਕਮ ਜਰਾ ਥੋੜਾ ਠੀਕ ਹੈ ਹਾਂ ਮੈਂ ਕਿਹਾ ਤਾਂ ਮਨ ਥੋੜਾ ਕਿਉਂਕਿ ਹਮ ਇਤਨਾ ਖਾਤੇ ਨਹੀਂ ਤੀਖਾ ਅੱਛਾ ਪਨੀਰ ਵੀ ਡਲਤਾ ਹੈ ਇਸ ਮੇ ਅੱਛਾ ਜੀ ਉਹ ਸੋ ਉਹ ਪਾਉਂਦੇ ਨੇ ਸੂਜੀਆ ਪਾਉਂਦੇ ਨੇ ਸੂਜੀਆ ਪਾਉਂਦੇ ਨੇ ਮੱਕੀ ਦੇ ਆਟੇ ਦਾ ਮੈਂ ਜਾ ਹਾਂ ਕੀ ਹੈ ਪਿਆਰ ਵਿੱਚ ਸੋ ਫਸਟ ਟਾਈਮ ਅਸੀਂ ਤਿਬਤਨ ਸਨੈਕ ਖਾ ਰਹੇ ਹਾਂਗੇ ਸੁਖਮਨ ਖਾ ਕੇ ਦੱਸੂਗਾ ਕਹਿ ਜਾ ਸੁਖਮਨ ਬਹੁਤ ਅੱਛਾ ਬਣਾਇਆ ਭਈਆ ਆਪਣੇ ਅਭੀ ਨਹੀਂ ਖਾਇਆ ਯੇ ਖਾ ਰਹੇ ਅਭੀ ਖਾਤੇ ਹੈਂ ਖਾਤੇ ਅਭੀ ਬਤਾਤੇ ਹੈਂ ਕਿਵੇਂ ਸੋ ਹਰ ਇੱਕ ਜਣਾ ਜਿਹੜਾ ਉਰੇ ਟੈਂਪਲ ਦੇ ਬਾਹਰ ਆਉਂਦਾ ਹੈਗਾ ਅੰਦਰ ਜਾਂਦਾ ਮੱਥਾ ਟੇਕ ਕੇ ਆਉਂਦਾ ਜਦੋਂ ਆਉਂਦੇ ਹੋਏ ਤੁਸੀਂ ਇਹਨਾਂ ਦਾ ਲਾਫਿੰਗ ਤਿਬਤਨ ਸਨੈਕ ਜ਼ਰੂਰ ਟਰਾਈ ਕਰਿਓ ਜਿਹੜੀ ਨਾਲ ਚਟਨੀ ਸਪਾਈਸੀ ਬਹੁਤ ਹੈ ਪਰ ਜੇ ਤੁਸੀਂ ਕਹੋਗੇ ਉਹ ਘੱਟ ਫਰੈਸ਼ ਹੀ ਕਰ ਦੇਣਗੇ ਭਈਆ ਨਾਮ ਕਿਆ ਆਪਕਾ ਮੇਰਾ ਨਾਮ ਸੈਮ ਬੋਲ ਰਿਹਾ ਸੈਮ ਹਾਂਜੀ ਠੀਕ ਹੈ ਸੈਮ ਭਾਈ ਕੇ ਪਾਸ ਆ ਗਿਆ ਆਪ ਇਹ ਸਨੈਕ ਖਾ ਸਕਦੇ ਹੋ ਬਹੁਤ ਹੀ ਅੱਛਾ ਬਣਾਉਂਦੇ ਆ ਭਾਈ ਤੁਸੀਂ ਜਿਹੜੀ ਵੀ ਸਟੇਟ 'ਚ ਜਾਓ ਜਿਹੜੇ ਵੀ ਹਿੱਲ ਸਟੇਸ਼ਨ 'ਤੇ ਜਾਓ ਜੇ ਤੁਸੀਂ ਉੱਥੇ ਦੀ ਡਿਸ਼ ਨਹੀਂ ਖਾ ਕੇ ਦੇਖਦੇ ਫਿਰ ਤੁਹਾਡਾ ਜਾਣਾ ਅਧੂਰਾ ਸੋ ਇਹ ਹੈਗੀ ਆ ਸਪਾਈਸੀ ਡਿਸ਼ ਜੇ ਹੈਗੀ ਆ ਅਸੀਂ ਗਏ ਤੇ ਬੁੱਧ ਟੈਂਪਲ ਤੇ ਬਹੁਤ ਜ਼ਬਰਦਸਤ ਤੇ ਮੱਕੀ ਦੇ ਆਟੇ ਦਾ ਇਹ ਬੰਦਾ ਅਤੇ ਹੈ ਬੜਾ ਜ਼ਬਰਦਸਤ ਇੱਕ ਇੱਕ ਖਾ ਕੇ ਸਾਰੇ ਸੀ ਸੀ ਕਰ ਰਹੇ ਨੇ ਸੀ 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 ਕਰ ਰਹੇ ਹੋ ਓਕੇ ਅਸੀਂ ਦੇਖਿਆ ਸੀ ਲਾਫਿੰਗ ਤਿਬਤਨ ਡਿਸ਼ ਟਰਾਈ ਕੀਤੀ ਫਸਟ ਟਾਈਮ ਕਮਲ ਦੱਸੋ ਤੁਹਾਨੂੰ ਵੀ ਕਿਵੇਂ ਦੀ ਲੱਗੀ ਕੀ ਸੀਗਾ ਉਹਦੇ ਚੱਲੀਆਂ ਮਤਲਬ ਜਿਹੜੀ ਉਹ ਮੱਕੀ ਦੀ ਰੋਟੀ ਬਣੀ ਹੋਈ ਸੀ ਉੱਥੋਂ ਆਪਾਂ ਨੂੰ ਐਂ ਲੱਗਦਾ ਥੋੜ੍ਹੀ ਜੈਲੀ ਜੈਲੀ ਜੀ ਆ ਹੈ ਨਾ ਅਤੇ ਉਹਦੇ ਵਿੱਚ ਪਾਏ ਹੋਏ ਸੀ ਪਕੌੜੀਆਂ ਪਕੌੜੀਆਂ ਸਾਨੂੰ ਵਧੀਆ ਲੱਗਦੇ ਨੇ ਉਹਦੇ 'ਚ ਸੋਇਆ ਸੌਸ ਅਤੇ ਚਿੱਲੀ ਜਿਹੜੀ ਉਹਨਾਂ ਦੀ ਸੀ ਉਹਨਾਂ ਨੇ ਪਾਇਆ ਹੋਇਆ ਸੀ ਮਤਲਬ ਅੰਦਰੋਂ ਕਰੰਚੀ ਸੀਗਾ ਬਾਹਰੋਂ ਪੋਲਾ ਪੋਲਾ ਸੀ ਠੰਡਾ ਜਿਹਾ ਮਤਲਬ ਬਹੁਤ ਸਵਾਦ ਸੀਗਾ ਮਤਲਬ ਖੱਟਾ ਠੰਡਾ ਤਿੱਖਾ ਜਿਹਾ ਸੀਗਾ ਖੱਟਾ ਨਹੀਂ ਸੀਗਾ ਜੈਸਾ ਸਪਾਈਸੀ ਸੀ ਜੈਸਾ ਦੇਸ਼ ਵੈਸਾ ਭੇਸ ਵਾਲੀ ਬਾਤ ਹੋ ਗਈ ਅੱਜ ਤੋਂ ਬਹੁਤ ਮਜ਼ਾ ਆਇਆ ਸਾਨੂੰ ਅੱਜ ਬੁੱਧਾ ਟੈਂਪਲ 'ਤੇ ਜਾ ਕੇ ਤਿਬਤਨ ਡਿਸ਼ ਖਾ ਕੇ ਇੰਦਰਲੀ ਸਾਈਡ ਤੁਹਾਨੂੰ ਆ ਦੁਕਾਨਾਂ ਤੋਂ ਪਤਾ ਲੱਗ ਜੂ ਜਿਹੜਾ ਉੱਪਰ ਜਾਣ ਵਾਲਾ ਰਸਤੇ ਹੈਗਾ ਜਿਵੇਂ ਅਸੀਂ ਇੱਧਰੋਂ ਤੁਸੀਂ ਆਉਂਦੇ ਹੋਗੇ ਤਾਂ ਇੱਧਰਲੀ ਸਾਈਡ ਨੀਚੇ ਜਾ ਕੇ ਬੁੱਧਿਸਟ ਟੈਂਪਲ ਹੈ ਇੱਧਰ ਜਾਂਦੇ ਹੋ ਤਾਂ ਦਲਾਈ ਹਿਲਸ ਹੈ ਸੋ ਅਸੀਂ ਵੀ ਜਾ ਰਹੇ ਹਾਂ ਦਲਾਈ ਹਿਲਸ ਸੋ ਆ ਜਾਓ ਚੱਲੀਏ ਖੜੀ ਚੜ੍ਹਾਈ ਕਹਿੰਦੇ ਨੇਗੇ ਦਲਾਈ ਹਿਲਸ ਦੀ ਸੋ ਦੇਖਦੇ ਹਾਂਗੇ ਕਿ ਕਿੱਧਰ ਨੂੰ ਹੈ ਰਸਤਾ ਹੁਣ ਅਸੀਂ ਜਾ ਰਹੇ ਹਾਂ ਜਮ੍ਹਾਂ ਖੜਵੀਂ ਚੜ੍ਹਾਈ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਦਲਾਈ ਹਿਲਸ ਦੀ ਅਤੇ ਆਲੇ ਦੁਆਲੇ ਦੇਖੋ ਬਹੁਤ ਹੀ ਸੋਹਣਾ ਵਿਊ ਆ ਰਿਹਾ ਹੈਗਾ ਅਤੇ ਬਸ ਅਸੀਂ ਤੁਰੇ ਜਾ ਰਹੇ ਹਾਂਗੇ ਇਹਨਾਂ ਦਾ ਹਾਲ ਬਣਿਆ ਪਿਆ ਖਰਾਬ ਕਮਲ ਮੈਂ ਅਤੇ ਮੰਮਾ ਪੂਰੇ ਕਾਇਮ ਆ ਗਏ ਬਹੁਤ ਹੀ ਅਨੋਖਾ ਟ੍ਰੀ ਆ ਉੱਪਰ ਜਿੰਨੀਆਂ ਜੜਾਂ ਨੇ ਓਨੀ ਨੀਚੇ ਨੇਗੀਆਂ ਟੁੱਟ ਕੇ ਥੱਲੇ ਡਿੱਗਿਆ ਹੈ ਇੱਕ ਡਾਣਾ ਟੁੱਟ ਕੇ ਥੱਲੇ ਡਿੱਗਿਆ ਹੈ ਉਸ ਨੇ ਜਿਹੜਾ ਲੱਗ ਰਹੀਆਂ ਨਾ ਚਲੋ ਕੋਈ ਗੱਲ ਨੀ ਫੇਰ ਵੀ ਅਨੋਖਾ ਹੱਲ ਬਣ ਗਿਆ ਹੁਣ ਆ ਰਹੇ ਜਾ ਰਹੇ ਹਾਂਗੇ ਅਸੀਂ ਤੁਰੇ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਥੇ ਕੁ ਹੈ ਦਲਾਈ ਹਿਲਸ ਅਸੀਂ ਕਲਰਫੁਲ ਫਲੈਗਸ ਗਏ ਸੀਗੇ ਰੈਕਟੈਂਗਲ ਕਲਰ ਦੇ ਰੈਕਟੈਂਗਲ ਸ਼ੇਪ ਦੇ ਸੋਰੀ ਉੱਥੋਂ ਪਤਾ ਲੱਗ ਜਾਂਦਾ ਦਿਸ ਇਜ਼
ਬੁੱਧ ਧਰਮ ਦਿਸ ਇਜ਼ ਅ ਪਲੇਸ ਆਫ ਬੁੱਧਿਜ਼ਮ ਸਾਨੂੰ ਲੱਗਿਆ ਸੀਗਾ ਵੀ ਉਰੀ ਹੈ ਦਲਾਈ ਹਿਲਸ ਪਰ ਉਰੇ ਅਸੀਂ ਦੇਖ ਰਹੇ ਹਾਂ ਕਿ ਅੱਗੇ ਜਾ ਕੇ ਬਹੁਤ ਹੀ ਟੌਪ 'ਤੇ ਹੈਗਾ ਸੋ ਇੱਧਰੋਂ ਤੁਹਾਨੂੰ ਦਿਖੂਗਾ ਪ੍ਰੋਪਰ ਜਿੱਥੇ ਜਾ ਰਹੇ ਨੇਗੇ ਲੋਕ ਆਹ ਵਾਲੀ ਜਗ੍ਹਾ ਦਲਾਈ ਕਿਸੇ ਪਰਸਨ ਦਾ ਨਾਮ ਹੈ ਅਤੇ ਉਹਦੇ ਨਾਂ 'ਤੇ ਪਹਾੜੀ ਦਾ ਨਾਮ ਰੱਖਿਆ ਜਿਵੇਂ ਆਪਾਂ ਦਲਾਈ ਲਾਮਾ ਜੀ ਨੇ ਸਮਰਪਿਤ ਕੀਤਾ ਸੀਗਾ ਬੁੱਧ ਧਰਮ ਵਾਲਾ ਜਿਹੜਾ ਆਪਾਂ ਪਿੱਛੇ ਦੇਖ ਕੇ ਆਏ ਬੁੱਧਿਸਟ ਟੈਂਪਲ ਹਾਂਜੀ ਹਾਂ ਉਹਨਾਂ ਦੇ ਨਾਮ 'ਤੇ ਬਣੀ ਹੋਈ ਹੈ ਦਲਾਈ ਹਿਲਸ ਜਿਹੜੇ ਫਲੈਗ ਨੇ ਰੀਪ੍ਰਜੈਂਟ ਕਰਦੇ ਨੇ ਬੁੱਧ ਧਰਮ ਨੂੰ ਅਤੇ ਬੈਲੈਂਸ ਨੂੰ ਬਾਕੀ ਅਸੀਂ ਸਾਰਾ ਕੁਛ ਤੁਹਾਨੂੰ ਦੱਸ ਹੀ ਦਿੱਤਾ ਧਰਮ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਉਵੇਂ ਹੀ ਫਲੈਗਸ ਹੁੰਦੇ ਹਾਂਜੀ ਹਾਂ ਆ ਜਾਂਦਾ ਦਲਾਈ ਹਿਲਸ ਵੱਲ ਸੋ ਸਾਰਿਆਂ ਨਾਲੋਂ ਵੱਧ ਕੈਮ ਬੰਦੇ ਮੂਹਰੇ ਨੇ ਅਤੇ ਲੇਜ਼ੀ ਪਰਸਨ ਪਿੱਛੇ ਨੇ ਇਹ 'ਚ ਕਿੰਨੀ ਕੁ ਸੱਚਾਈ ਹੈ ਤੁਹਾਨੂੰ ਵਲੌਗ ਦੇਖ ਕੇ ਪਤਾ ਲੱਗ ਜੂ ਗਜਬ ਗਜਬ ਬਹੁਤ ਹੀ ਗਜਬ ਸੋ ਉੱਪਰ ਜਾ ਕੇ ਦੇਖਦੇ ਹਾਂ ਵਰਤੀ ਖਾਣ ਲੱਗ ਗਿਆ ਜਿੱਥੇ ਉਹ ਪਤੰਗੀਆਂ ਜਿਹੀ ਲੱਗੀਆਂ ਹੋਈਆਂ ਨੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਰੈਕਟੈਂਗਲ ਸ਼ੇਪ ਦੇ ਫਲੈਗਸ ਹੁੰਦੇ ਨੇ ਸੋ ਉੱਥੇ ਆ ਦਲਾਈ ਹਿਲਸ ਸੋ ਦਲਾਈ ਹਿਲਸ ਪਹੁੰਚ ਗਏ ਆਲੇ ਦੁਆਲੇ ਦਾ ਵਿਊ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਰੋ ਪ੍ਰੋਪਰ ਦਿਖ ਰਿਹਾ ਹੋਊਗਾ ਉਹ ਪਰਮਾਤਮਾ ਬੁੱਧ ਦੀ ਜਿਹੜਾ ਮੂਰਤੀ ਉਹ ਬਣੀ ਹੋਈ ਹੈਗੀ ਅਤੇ ਉੱਥੇ ਜਾ ਕੇ ਬਸ ਲੋਕ ਵਿਊ ਪੁਆਇੰਟ ਤੋਂ ਫੋਟੋਸ ਕਲਿੱਕ ਕਰਵਾਉਂਦੇ ਨੇ ਅਤੇ ਉੱਥੇ ਮੂਰਤੀ ਬਣੀ ਹੋਈ ਹੈ ਤਾਂ ਉਹਨੂੰ ਦਲਾਈ ਹਿਲਸ ਬੋਲਿਆ ਜਾਂਦਾ ਅਸੀਂ ਦਲਾਈ ਹਿਲਸ ਉੱਥੇ ਹਾਫ ਜੀ ਤੁਹਾਨੂੰ ਅਸੀਂ ਪਿਕਚਰ ਜਾਂ ਵੀਡੀਓ ਤੁਹਾਨੂੰ ਬਣਾ ਕੇ ਦਿਖਾਈ ਹੈਗੀ ਅਸੀਂ ਉੱਥੇ ਤੱਕ ਗਏ ਸੀ ਕਿਉਂਕਿ ਸਾਨੂੰ ਜਾਣਾ ਹੈਗਾ ਹੁਣ ਛੇਤੀ ਹੀ ਕਾਫੀ ਦੋ ਤਿੰਨ ਜਗ੍ਹਾ ਕਵਰ ਕਰਨੀਆਂ ਨੇ ਅਤੇ ਸਾਨੂੰ ਉੱਥੋਂ ਪ੍ਰੋਪਰ ਦਿਖ ਰਿਹਾ ਸੀਗਾ ਇਸ ਕਰਕੇ ਅਸੀਂ ਵਾਪਸ ਆ ਗਏ ਉੱਥੋਂ ਅਤੇ ਹੁਣ ਅਸੀਂ ਜਾ ਰਹੇ ਹਾਂਗੇ ਨੀਚੇ ਡਰਾਈਵਰ ਦੀ ਕਾਲ ਵੀ ਆ ਗਈ ਅਤੇ ਕਾਫੀ ਚੀਜ਼ਾਂ ਸਾਡੀਆਂ ਰਹਿੰਦੀਆਂ ਨੇ ਦੇਖਣ ਵਾਲੀਆਂ ਸੋ ਆਓ ਚੱਲੀਏ ਹੁਣ ਵਾਪਸ ਬਾਕੀ ਤੁਹਾਨੂੰ ਦਿਖਾਈ ਦਿੱਤਾ ਬਾਕੀ ਤੁਹਾਨੂੰ ਵੈਸੇ ਹੈਗਾ ਕਾਫੀ ਹਾਈਟ ਦੇ ਉੱਤੇ ਜਾ ਕੇ ਬਹੁਤ ਹਵਾ ਚੱਲਣ ਲੱਗ ਗਈ ਹਾਂ ਬਹੁਤ ਹਵਾ ਚੱਲਦੀ ਉੱਪਰ ਵੀ ਬਹੁਤ ਸੋਹਣਾ ਸੀਗਾ ਬਚਾਵ ਨਾਲ ਆਪਦਾ ਜਾਵੇ ਹੈ ਨਾ ਮਤਲਬ ਛੋਟੇ ਜਵਾਕਾਂ ਦਾ ਜਮੀ ਜਾਣਾ ਹੀ ਚਾਹੀਦਾ 18 ਦੇ ਜਿਹੜੇ ਥੱਲੇ ਨੇ ਬਾਕੀ 18 ਦੇ ਉੱਤੇ ਨੇ ਉਹ ਜਾ ਸਕਦੇ ਨੇ ਹੈ ਨਾ ਬਾਕੀ ਸਾਰੇ ਜਾ ਵੀ ਸਕਦੇ ਇੰਨਾ ਕੋਈ ਔਖਾ ਨਹੀਂ ਸੀਗਾ ਜਿਵੇਂ ਹੇਮਕੁੰਡ ਸਾਹਿਬ ਵੀ ਅਸੀਂ ਗਏ ਸੀ ਪਿਛਲੀ ਵਾਰ ਇੰਨਾ ਔਖਾ ਨਹੀਂ ਸੀਗਾ ਬਟ ਸਾਨੂੰ ਦੋ ਤਿੰਨ ਚੀਜ਼ਾਂ ਕਵਰ ਵੀ ਕਰਨੀਆਂ ਸੀ ਅਤੇ ਉੱਥੋਂ ਪ੍ਰੋਪਰ ਦਿਖ ਰਿਹਾ ਸੀਗਾ ਹਾਈਟ 'ਤੇ ਤਾਂ ਅਸੀਂ ਹੈਗੇ ਹੀ ਸੀਗੇ ਬਾਕੀ ਤੁਹਾਨੂੰ ਅਸੀਂ ਵੀਡੀਓਜ਼ ਵਗੈਰਾ ਜ਼ਰੂਰ ਇਹਦੇ ਵਿੱਚ ਪਾਵਾਂਗੇ ਤੁਸੀਂ ਦੇਖਿਓ ਅਤੇ ਪਿਕਚਰ ਵੀ ਪਾਵਾਂਗੇ ਹੁਣ ਅਸੀਂ ਹਿੱਲ ਸਟੇਸ਼ਨ 'ਤੇ ਆ ਕੇ ਕਹਿੰਦੇ ਨੇ ਵੀ ਥੋੜ੍ਹਾ ਜਿਹਾ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਹੁਣ ਸਾਡੀ ਜਿਹੜੀ ਪਬਲਿਕ ਆ ਉਹ ਹੋ ਗਈ ਮੋਮੋਜ ਵੱਲ ਸੋ ਇਹ ਸੰਗਤਾਂ ਵੀ ਉਡੀਕ ਰਹੀਆਂ ਨੇ ਵੀ ਮੋਮੋਜ ਦਾ ਲੰਗਰ ਜਲਦੀ ਜਲਦੀ ਆਵੇ ਅਤੇ ਕਿਉਂ ਏਰੀਆ ਇਸ ਤਰ੍ਹਾਂ ਦਾ ਆ ਦੇਖੋ ਜਿਹੜਾ ਤੁਸੀਂ ਆਹ ਏਰੀਆ ਦੇਖ ਰਹੇ ਹੋ ਨਾ ਇਸ ਏਰੀਏ 'ਚ ਬਸ ਆਹੀ ਗਰਮ ਚੀਜ਼ਾਂ ਤਲੀਆਂ ਚੀਜ਼ਾਂ ਠੰਡੀਆਂ ਮਿੱਠੀਆਂ ਰੋਟੀ ਖਾਧੀ ਨੂੰ ਤਾਂ ਹੋ ਗਏ ਹੁਣ 3-4 ਦਿਨ ਸ਼ਾਇਦ ਮੈਨੂੰ ਲੱਗਦਾ ਆਈਡੀਆ ਜਿਹਾ ਮੋਮੋਜ਼ ਸਾਡੇ ਆ ਗਏ ਪਨੀਰ ਮੋਮੋਜ਼ ਪਲੱਸ ਵੈਜ ਮੋਮੋਜ਼ ਹੁਣ ਖਾਂਦੇ ਹਾਂ ਇਹਨਾਂ ਪਹਾੜਾਂ ਦੇ ਵਿੱਚ ਬੈਠ ਕੇ ਬਹੁਤ ਹੀ ਆਨੰਦ ਆ ਰਿਹਾ ਹੈਗਾ ਖਾਣ ਦਾ ਸੋ ਲੈਟਸ ਇੰਜੋਏ ਸਾਨੂੰ ਦਲਾਈ ਹਿਲਸ 'ਤੇ ਇੱਕ ਬਹੁਤ ਹੀ ਵਧੀਆ ਫੈਮਿਲੀ ਮਿਲੀ ਹੈ ਅਤੇ ਹੈਗੇ ਨੇ ਬਨਾਰਸ ਤੋਂ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਹੋਪ ਸੋ ਅਸੀਂ ਜਲਦੀ ਬਨਾਰਸ ਵੀ ਆਵਾਂਗੇ ਤੁਹਾਨੂੰ ਮਿਲਾਂਗੇ ਜ਼ਰੂਰ ਥੈਂਕ ਯੂ ਜੀ ਥੈਂਕ ਯੂ ਸੋ ਲੈਟਸ ਹੈਵ ਅ ਸੈਲਫੀ ਟੁਗੈਦਰ ਸੋ ਉਹ ਖਾਧੇ ਸੀ ਅਸੀਂ ਮੋਮੋਜ਼ ਬਹੁਤ ਵਧੀਆ ਸੀਗੇ ਅਤੇ ਹੁਣ ਅਸੀਂ ਜਾ ਰਹੇ ਹਾਂਗੇ ਨੀਚੇ ਜਿਹੜੀ ਖਾਸੀਅਤ ਸੀਗੀ ਇਹਨਾਂ ਦੇ ਮੋਮੋਜ਼ ਦੀ ਉਹ ਇਹ ਸੀ ਵੀ ਲੇਅਰ ਬਹੁਤ ਜ਼ਿਆਦਾ ਪਤਲੀ ਸੀ ਅਤੇ ਅੰਦਰ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਸੀਗਾ ਬਹੁਤ ਹੀ ਸਵਾਦ ਸੀਗੇ ਆਨੰਦ ਆਇਆ ਕੁਛ ਤਾਂ ਪਹਾੜਾਂ 'ਚ ਬੈਠੇ ਹਾਂ ਰੈੱਡ ਆਪਾਂ ਕਹਿੰਦੇ ਵੀ ਹਾਂ ਉਹ ਲੱਗ ਰਿਹਾ ਸੀ ਵੀ ਮਿਰਚਾਂ ਦੀ ਬਣਾਈ ਹੁੰਦੀ ਹੈ ਪੂਰੀ ਚਿੱਲੀ ਸੀਗੀ ਅਤੇ ਨਾਲ ਮਿਓਨੀ ਸੀ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਕੁਛ ਬੈਠੇ ਵੀ ਪਹਾੜਾਂ 'ਚ ਪਹਾੜਾਂ 'ਚ ਬੈਠ ਕੇ ਖਾਣ ਦਾ ਵੀ ਆਨੰਦ ਆਉਂਦੀ ਹੈ ਵੱਖਰਾ ਹੀ ਹੁੰਦਾ
ਆ ਜਾਓ ਚੱਲੀਏ ਹੁਣ ਨੀਚੇ ਜਾਂਦੇ ਹਾਂ ਅਤੇ ਬਸ ਹੁਣ ਸਿੱਧਾ ਅਸੀਂ ਗੱਡੀ ਤੱਕ ਪਹੁੰਚਦੇ ਹਾਂਗੇ ਬਾਕੀ ਸਾਰਾ ਰਾਹ ਤੁਹਾਨੂੰ ਅਸੀਂ ਦਿਖਾਈ ਦਿੱਤਾ ਕਿ ਐਵੇਂ ਦਾ ਰਾਹ ਹੈ ਜਿਹਦੇ ਕੋਲ ਜੇਕਰ ਤੁਸੀਂ ਦਲਾਈ ਹਿਲਸ ਉੱਪਰ ਤੱਕ ਜਾਣਾ ਹੈਗਾ ਅਤੇ ਇੱਥੋਂ ਜਿੱਥੋਂ ਤੁਹਾਨੂੰ ਅਸੀਂ ਦੱਸਿਆ ਸੀਗਾ ਤਿੱਬਤਨ ਜਿਹੜਾ ਗੇਟ ਹੈਗਾ ਉੱਥੋਂ ਤੁਸੀਂ ਬੁੱਧਿਸਟ ਟੈਂਪਲ ਦੇ ਗੇਟ ਤੋਂ ਅੰਦਰ ਜਾਓਗੇ ਤਾਂ ਦੋ ਰਾਹ ਵੰਡਦੇ ਨੇਗੇ ਦੋ ਰਾਹ ਤੋਂ ਇੱਕ ਰਾਹ ਜਾਂਦਾ ਹੈਗਾ ਬੁੱਧਿਸਟ ਟੈਂਪਲ ਵੱਲ ਅਤੇ ਇੱਕ ਰਾਹ ਜਾਂਦਾ ਹੈਗਾ ਦਲਾਈ ਹਿਲਸ ਵੱਲ ਹੁਣ ਅਸੀਂ ਬਸ ਤੁਹਾਨੂੰ ਗੱਡੀ 'ਚ ਜਾ ਕੇ ਮਿਲਦੇ ਹਾਂਗੇ ਅਤੇ ਹੁਣ ਸਾਡਾ ਬਸ ਇੱਕ ਨਦੀ 'ਚ ਇੱਕ ਚੀਜ਼ ਰਹਿ ਗਈ ਨਾ ਕੰਪਨੀ ਗਾਰਡਨ ਬਸ ਉਹ ਦੇਖਦੇ ਹਾਂਗੇ ਬਾਕੀ ਚਲੋ ਚੱਲੀਏ ਹੁਣ ਅੱਗੇ ਉਹ ਇੱਧਰ ਹੈਗਾ ਜੀ ਸਕੂਲ ਕੈਂਟੀਨ ਅਤੇ ਤੁਹਾਨੂੰ ਅਸੀਂ ਦਿਖਾਈ ਹੈਗਾ ਆਉਣ ਸਾਰ ਤਿੱਬਤਨ ਦਾ ਸਕੂਲ ਹੈਗਾ ਇਹ ਆਪਣੇ ਤਾਂ ਪੰਜਾਬ ਦੇ ਸਕੂਲਾਂ 'ਚ ਹੁੰਦਾ ਵੀ ਸਕੂਲਾਂ 'ਚ ਕੁਛ ਨਹੀਂ ਹੁੰਦਾ ਸਿਰਫ ਕਾਲਜ ਦੇ ਵਿੱਚ ਕੰਟੀਨ ਵਗੈਰਾ ਹੁੰਦੀ ਔਰ ਸਕੂਲਾਂ 'ਚ ਵੀ ਹੈ ਦੇਖੋ ਕੈਂਟੀਨ ਅਵੇਲੇਬਲ ਹੈ ਅਤੇ ਆਹ ਬਾਕੀ ਸਾਰਾ ਤੁਹਾਨੂੰ ਆਲਾ ਦੁਆਲਾ ਦਿਖਾਈ ਦਿੱਤਾ ਅਤੇ ਹੁਣ ਬਸ ਅਸੀਂ ਜਾ ਰਹੇ ਹਾਂਗੇ ਸਾਡੀ ਇੱਕ ਜਗ੍ਹਾ ਰਹਿ ਗਈ ਕੰਪਨੀ ਗਾਰਡਨ ਅਤੇ ਉੱਥੇ ਜਾਂਦੇ ਹਾਂਗੇ ਬਸ ਹੁਣ ਕਿਵੇਂ ਹੈ ਲੈ ਤਾਂ ਲੰਘ ਹੀ ਗਿਆ ਡੈਡੀ ਹਾਲ ਚਾਲ ਪੁੱਛਣ ਤੋਂ ਪਹਿਲਾਂ ਹੀ ਲੰਘ ਗਿਆ ਸੋ ਹੁਣ ਬਸ ਅਸੀਂ ਆ ਜਿਵੇਂ ਤੁਹਾਨੂੰ ਸਕੂਲ ਦਿਖਾਇਆ ਸੀ ਇੱਥੇ ਗੱਡੀ ਵੀਰੇ ਨੇ ਪਾਰਕ ਕਰਤੀ ਸੀਗੀ ਅਤੇ ਅੱਗੇ ਅਸੀਂ ਸਾਰਾ ਘੁੰਮਿਆ ਜੀ ਅਤੇ ਸਕੂਲ ਦਾ ਹੈਗਾ ਨੋ ਐਂਟਰੀ ਨੋ ਪਾਰਕਿੰਗ ਸਿਰਫ ਬੱਚਿਆਂ ਲਈ ਹੈ ਅਤੇ ਹੁਣ ਅਸੀਂ ਜਾਂਦੇ ਹਾਂ ਵਾਪਸ ਅਤੇ ਬਸ ਸਾਡਾ ਇੱਕ ਡੈਸਟੀਨੇਸ਼ਨ ਦੇਖਣੀ ਰਹਿ ਗਈ ਕੰਪਨੀ ਗਾਰਡਨ ਬਾਕੀ ਅਸੀਂ ਸਾਰਾ ਘੁੰਮੇ ਸਕੂਲ 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 ਵਰਗਾ ਹੁੰਦਾ ਪਾਪਾ ਇਹ ਤਿੱਬਤਨ ਦਾ ਸਕੂਲ ਹੈ ਸੋ ਆਓ ਚੱਲੀਏ